ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ। ਅਤੇ ਅੱਜ ਦਾ ਜਿਹੜਾ ਟੋਪਿਕ ਹੋਣ ਲੱਗਿਆ ਬਹੁਤ ਹੀ ਚਰਚਾ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ, ਅਤੇ ਬਹੁਤ ਹੀ ਹੋਟ ਟੋਪਿਕ ਹੈ। ਅਤੇ ਟੋਪਿਕ ਦਾ ਨਾਮ ਹੈਗਾ ਇਲੂਮਨਾਤੀ। ਤੁਸੀਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਇਲੂਮਨਾਤੀ ਬਾਰੇ, ਤੁਸੀਂ ਉੱਡਦੀਆਂ ਉੱਡਦੀਆਂ ਖਬਰਾਂ ਸੁਣ ਲਈਆਂ ਹੋਣੀਆਂ ਜਿਹੜੀ ਅੱਜ ਕੱਲ੍ਹ ਚੱਲ ਰਹੀਆਂ ਨੇ, ਸਪੈਸ਼ਲੀ ਆਪਣੇ ਪੰਜਾਬੀ ਕਲਚਰ ਦੇ ਵਿੱਚ। ਪਰ ਆਪਾਂ ਇੱਕ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਇਹਦੀ ਸ਼ੁਰੂਆਤ ਕਿੱਥੋਂ ਹੋਈ, ਇਹਦੇ 'ਚ ਕਿੰਨੀ ਰਿਐਲਿਟੀ ਆ, ਕਿੰਨੇ ਐਵੀਡੈਂਸ ਬੇਸਡ ਫੈਕਟ ਨੇ, ਜਾਂ ਫਿਰ ਇਹ ਸਿਰਫ ਫਿਕਸ਼ਨਲ ਆ। ਠੀਕ ਹੈ, ਤੁਸੀਂ ਯੂਟਿਊਬ 'ਤੇ ਸਰਚ ਕਰੋਗੇ ਤਾਂ ਤੁਹਾਨੂੰ ਬਹੁਤ ਸਾਰੀ ਵੀਡੀਓ ਮਿਲ ਜਾਣੀਆਂ, ਜਿਹੜੇ ਹਰ ਇੱਕ ਬੰਦੇ ਦੇ ਆਪਣੇ ਆਪਣੇ ਉਹਨਾਂ ਦੇ ਪ੍ਰਸਪੈਕਟਿਵ ਨੇ, ਹਰ ਇੱਕ ਬੰਦੇ ਦਾ ਆਪਣਾ ਆਪਣਾ ਪੁਆਇੰਟ ਆਫ ਵਿਊ ਆ ਦੱਸਣ ਦਾ, ਪਰ ਕਿਸੇ ਦੇ ਉੱਤੇ ਐਵੀਡੈਂਸ ਬੇਸ 'ਤੇ ਕੋਈ ਗੱਲ ਨਹੀਂ ਹੋਈ ਹੋਈ। ਸੋ ਇਸ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਇਹਦੀ ਸ਼ੁਰੂਆਤ ਕਿੱਦਾਂ ਹੋਈ, ਕਿਵੇਂ ਇਹ ਸੰਸਥਾ ਬਣੀ, ਅਤੇ ਕਿਵੇਂ ਇਹਦੇ 'ਚ ਲੋਕ ਜੁੜੇ, ਅਤੇ ਕਿਵੇਂ ਕਿਵੇਂ ਅੱਗੇ ਇਹਦਾ ਵਾਧਾ ਹੋਇਆ। ਸੋ ਇਹ ਜਿਹੜੀ ਸ਼ੁਰੂਆਤ ਸੀਗੀ ਬੇਸਿਕਲੀ ਇਲੂਮਨਾਤੀ ਤਾਂ ਬਾਅਦ ਦੇ ਵਿੱਚ ਆਈ, ਬਟ ਉਸ ਤੋਂ ਪਹਿਲਾਂ ਵੀ ਇੱਕ ਸਿਕਰਟ ਸੰਸਥਾ ਹੁੰਦੀ ਸੀ, ਇਹਨਾਂ ਨੂੰ ਸਿਕਰਟ ਸੋਸਾਇਟੀਜ਼ ਕਹਿੰਦੇ ਹੁੰਦੇ ਸੀਗੇ। ਜਿਹੜੀ ਪਹਿਲੀ ਸੀਗੀ ਉਹਦਾ ਉਹ 15th century ਦੇ ਵਿੱਚ ਆਈ ਸੀਗੀ, ਹੈ ਨਾ, 1509 ਦੇ ਵਿੱਚ ਆਈ ਸੀ ਜਿਹੜੀ ਪਹਿਲੀ ਸੰਸਥਾ ਸੀ, ਉਹਦਾ ਨਾਮ ਸੀਗਾ ਫ੍ਰੀ ਮੇਸਨਸ। ਉਹਦੇ 'ਚ ਕੀ ਸੀਗਾ, ਉਹ ਚਾਹੁੰਦੇ ਸੀਗੇ ਕਿ ਸਾਡੇ ਆਪਣੇ ਰੂਲ ਹੋਣ, ਆਪਣੇ ਆਪਣੀ ਗਵਰਨਮੈਂਟ ਹੋਵੇ, ਅਤੇ ਆਪਣੇ ਤਰੀਕੇ ਦੇ ਨਾਲ ਉਹ ਚੱਲਣ, ਅਤੇ ਉਹਨਾਂ ਦੇ ਉੱਤੇ ਕਿਸੇ ਚੀਜ਼ ਦਾ ਬੋਝ ਨਾ ਹੋਵੇ, ਮਤਲਬ ਕਿਸੇ ਦੇ ਬੰਦੇ ਦੇ ਹਿਸਾਬ ਨਾਲ ਨਾ ਚੱਲਣ। ਸੋ ਉਹ ਸੀਗੇ ਫ੍ਰੀ ਮੇਸਨ। ਉਹਦੇ 'ਚ ਜਿਵੇਂ ਜਿਵੇਂ ਬੰਦੇ ਜੁੜਦੇ ਗਏ ਉਹ ਫੇਮਸ ਹੁੰਦੀ ਗਈ ਸੁਸਾਇਟੀ, ਅਤੇ ਇੱਦਾਂ ਇੱਦਾਂ ਕਰਕੇ ਹੋਰ ਵੀ ਕਾਫੀ ਸੁਸਾਇਟੀਆਂ ਬਣਦੀਆਂ ਹੈਗੀਆਂ, ਜਿਹੜੀਆਂ ਕਿ ਸਿਕਰਟ ਸੁਸਾਇਟੀਆਂ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ ਆਪਾਂ। ਪਰ ਜਿਹੜੀ ਸਭ ਤੋਂ ਵੱਧ ਉਸ ਟਾਈਮ ਚਰਚਾ ਦੇ ਵਿੱਚ ਸੀਗੀ ਉਹ ਸੀਗੀ ਫ੍ਰੀ ਮੇਸਨਸ। ਉਸ ਤੋਂ ਬਾਅਦ ਹੋਇਆ ਕਿ ਜਿਵੇਂ ਜਿਵੇਂ ਫ੍ਰੀ ਮੇਸਨ ਦੇ ਨਾਲ ਲੋਕ ਜੁੜਦੇ ਗਏ, ਜਿਵੇਂ ਜਿਵੇਂ ਉਹਨਾਂ ਦਾ ਵਾਧਾ ਵੱਧਦਾ ਗਿਆ, ਬੰਦੇ ਐਡ ਹੁੰਦੀ ਗਏ, 1000 ਤੋਂ 2000 ਹੋਏ, 2000 ਤੋਂ 10000 ਹੋਏ। ਸੋ ਕੁਛ ਲੋਕਾਂ ਨੂੰ ਉਹਨਾਂ ਦੇ ਵਿੱਚੋਂ ਉਹਨਾਂ ਦੇ ਜਿਹੜੇ ਫਿਲੋਸਫੀ ਸੀਗੀ, ਜਿਹੜਾ ਉਹਨਾਂ ਦਾ ਆਈਡੀਆ ਸੀ, ਜਿਹੜੇ ਉਹਨਾਂ ਦੇ ਪ੍ਰੋਸੈਸ ਅਤੇ ਪ੍ਰੋਸੀਜਰ ਸੀ, ਉਹ ਕਲੀਅਰ ਨਹੀਂ ਸੀ ਉਹਨਾਂ ਨੂੰ। ਸੋ ਜਿਹੜੇ ਬੰਦੇ ਨੂੰ ਕਲੀਅਰ ਨਹੀਂ ਸੀਗੇ, ਉਹ ਚਾਹੁੰਦੇ ਸੀਗੇ ਕਿ ਇਸ ਚੀਜ਼ ਨੂੰ ਇੱਦਾਂ ਨਹੀਂ, ਇੱਦਾਂ ਹੋਣਾ ਚਾਹੀਦਾ। ਸੋ ਉਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਬੰਦਾ ਨਿਕਲ ਕੇ ਆਇਆ ਸੀਗਾ ਉਹ ਸੀਗਾ ਐਡਮ, ਜਿਹਨੇ ਇਲੂਮਨਾਤੀ ਦੀ ਸ਼ੁਰੂਆਤ ਕੀਤੀ ਸੀ। ਸੋ ਐਡਮ ਸੀਗਾ, ਐਡਮ ਸੀ ਉਹ ਜਰਮਨੀ ਬੇਸਡ ਸੀਗਾ, ਜਰਮਨੀ ਦੇ ਇੱਕ ਕਾਲਜ ਦੇ ਵਿੱਚੋਂ ਪ੍ਰੋਫੈਸਰ ਸੀਗਾ, ਫਿਲੋਸਫਰ ਅਤੇ ਲੋਇਰ ਸੀਗਾ ਉਹ, ਉਸਦੀ ਸਟੱਡੀ ਕੀਤੀ ਹੋਈ ਸੀ ਉਹਨੇ, ਅਤੇ ਉੱਥੇ ਉਹ ਐਜ਼ ਏ ਪ੍ਰੋਫੈਸਰ ਕੰਮ ਕਰਦਾ ਸੀਗਾ। ਤਾਂ ਉਹਨੇ ਇੱਕ ਸੋਚਿਆ ਕਿ ਮੈਂ ਇੱਕ ਆਪਣੀ ਡਿਫਰੈਂਟ ਸੁਸਾਇਟੀ ਬਣਾਊਂਗਾ, ਆਪਣੀ ਸੈਪਰੇਟ ਸੁਸਾਇਟੀ ਬਣਾਊਂਗਾ। ਅਤੇ ਜਿਹੜੀ ਉਹਨੇ ਸੁਸਾਇਟੀ ਬਣਾਈ, ਆਪਣੇ ਆਪ ਤੋਂ ਉਹਨੇ ਸ਼ੁਰੂਆਤ ਕੀਤੀ, ਉਹਨੇ ਪਹਿਲੇ ਆਪਣੇ 4 ਸਟੂਡੈਂਟਾਂ ਨੂੰ ਆਪਣੇ ਨਾਲ ਜੋੜਿਆ, ਉਹਨੇ ਆਪਣੇ ਆਪ ਨੂੰ ਆਪਣੇ ਆਪ ਦੀ ਗੱਲ ਦੱਸੀ ਕਿ ਮੈਂ ਇੱਦਾਂ ਦੀ ਸੁਸਾਇਟੀ ਬਣਾਉਣ ਜਾ ਰਿਹਾ। ਸੋ ਇੱਦਾਂ ਹੁੰਦਾ ਨਾ ਕਈ ਵਾਰ ਕਿ ਜਦੋਂ ਤੁਹਾਡੀ ਫਰਕੁਐਂਸੀ ਕਿਸੇ ਨਾਲ ਮੈਚ ਕਰ ਜੇ ਤਾਂ ਉਹ ਬੰਦੇ ਤੁਹਾਡੇ ਦੋਸਤ ਬਣ ਜਾਂਦੇ ਨੇ। ਸੋ ਉਹ ਜਿਹੜੇ 4-5 ਸਟੂਡੈਂਟ ਸੀਗੇ, ਜਿਵੇਂ ਕਿੰਨੇ ਹਜ਼ਾਰਾਂ ਸਟੂਡੈਂਟਾਂ ਦੇ ਵਿੱਚ ਉਹਦੇ ਨਾਲ ਸਿਰਫ 4-5 ਸਟੂਡੈਂਟ ਜੁੜੇ ਸੀ ਜਿਹੜੀ ਉਹਦੀ ਸੋਚ ਨਾਲ ਮੈਚ ਕਰਦੇ ਸੀਗੇ। ਸੋ 1776 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀ। ਇਹਦਾ ਜਿਹੜਾ ਨਾਮ ਰੱਖਿਆ ਸੀਗਾ ਸਭ ਤੋਂ ਪਹਿਲਾਂ ਉਹ ਸੀਗਾ ਆਰਡਰ ਆਫ ਪਰਫੈਕਟੀਬਿਲਿਟੀਜ਼, ਪਰ ਇਹ ਬਹੁਤ ਹੀ ਸਟਰੋਂਗ ਜ਼ਿਆਦਾ ਨਾਮ ਸੀਗਾ, ਅਤੇ ਤਾਂ ਕਰਕੇ ਇਹਨਾਂ ਨੇ ਲੇਟਰ ਔਨ 1 ਸਾਲ ਬਾਅਦ ਇਹਨੂੰ ਚੇਂਜ ਕਰਤਾ ਸੀ, ਅਤੇ ਇਹਨੂੰ ਰੱਖਤਾ ਸੀਗਾ ਇਲੂਮਨਾਤੀ, ਆਰਡਰ ਆਫ ਇਲੂਮਨਾਤੀ ਦਾ ਨਾਮ ਰੱਖਿਆ ਸੀ। ਇਲੂਮਨਾਤੀ ਇੱਕ ਲੇਟਿਨ ਦਾ ਵਰਡ ਹੈ ਜਿਹਨੂੰ ਇਲੂਮਨੇਰ ਦੇ ਨਾਮ ਤੋਂ ਜਾਣਿਆ ਜਾਂਦਾ ਸੀਗਾ ਲੇਟਿਨ ਦੇ ਵਿੱਚ। ਇਹਦਾ ਮਤਲਬ ਹੈਗਾ ਟੂ ਲਾਈਟ ਅਪ, ਜਾਗਰੂਕਤਾ ਆਣੀ। ਅਤੇ ਇਹਨਾਂ ਦੇ ਕੀ ਬਿਲੀਫ ਸੀ, ਇਹਨਾਂ ਦੇ ਬਿਲੀਫ ਸੀਗੇ ਕਿ ਜਿਹੜੀ ਵੂਮਨ ਨੇ ਉਹਨਾਂ ਨੂੰ ਐਜੂਕੇਸ਼ਨ ਮਿਲੇ, ਹਰ ਇੱਕ ਬੰਦਾ ਇਕੁਅਲੀ ਜੱਜ ਕਰਨਾ ਜਾਣਾ, ਮਤਲਬ ਇਕੁਅਲੀ ਆਪਾਂ ਹਰ ਇੱਕ ਬੰਦੇ ਨੂੰ ਟ੍ਰੀਟ ਕਰੀਏ, ਅਤੇ ਜਿਹੜੀ ਜਿਹੜੇ ਆਪਾਂ ਅੱਜ ਕੱਲ੍ਹ ਧਰਮ ਦੇ ਵਿੱਚ ਫਸੇ ਹੋਏ ਹਾਂ, ਉਹ ਕਹਿੰਦੇ ਸੀਗੇ ਕਿ ਧਰਮਾਂ ਨੂੰ ਸੈਪਰੇਟ ਰੱਖੋ, ਧਰਮਾਂ ਵਾਲੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ, ਸਾਰੇ ਬੰਦਿਆਂ ਦੀ ਸੋਚ ਇੱਕ ਹੋਣੀ ਚਾਹੀਦੀ।
ਹੋਰ ਉਹਨਾਂ ਦਾ ਇਹ ਬਿਲੀਵ ਸੀਗਾ ਕਿ ਜਿਹੜੀ ਸੁਪਰਸਟੀਸ਼ਨ ਨੇ, ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਅੰਧ ਵਿਸ਼ਵਾਸ ਕਹਿ ਦਿੰਦੇ ਹਾਂ, ਕਿ ਉਹ ਲੋਕਾਂ ਵਿੱਚ ਨਹੀਂ ਹੋਣੇ ਚਾਹੀਦੇ, ਪਰ ਜਿਹੜੇ ਅੰਧ ਵਿਸ਼ਵਾਸ ਨੇ ਉਹ ਸ਼ੁਰੂ ਤੋਂ ਚੱਲੇ ਆ ਰਹੇ ਨੇ ਅਤੇ ਅੱਜ ਵੀ ਅੰਧ ਵਿਸ਼ਵਾਸ ਹੈਗੇ ਨੇ, ਸੋ ਉਹ ਉਹਨਾਂ ਨੂੰ ਖਾਤਮਾ ਕਰਨਾ ਚਾਹੁੰਦੇ ਸੀਗੇ। ਅਤੇ ਤੀਜਾ ਉਹਨਾਂ ਦਾ ਬਿਲੀਵ ਸੀਗਾ ਕਿ ਜਿਹੜੀ ਜੈਂਡਰ ਇਕੁਐਲਿਟੀ ਹੈ ਨਾ, ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਜਿਹੜੀ ਲੇਡੀਜ਼ ਹੁੰਦੀ ਸੀ ਉਹਨਾਂ ਨੂੰ ਇੰਨੀ ਇਕੁਐਲਿਟੀ ਨਹੀਂ ਮਿਲਦੀ ਸੀ ਜਿੰਨੀ ਅੱਜ ਮਿਲਦੀ ਆ, ਸੋ ਉਹ ਉਹਨਾਂ ਦਾ ਮੇਨ ਮੋਟਿਵ ਸੀਗਾ। ਸੋ ਜਿਹੜੀ ਇਹ ਸੰਸਥਾ ਸਟਾਰਟ ਹੋਈ ਸੀਗੀ, ਸਿਰਫ ਇੱਕ ਬੰਦੇ ਤੋਂ ਸਟਾਰਟ ਹੋਈ ਸੀ, ਉਹਦੇ 'ਚ ਚਾਰ ਸਟੂਡੈਂਟ ਜੁੜੇ, ਅਤੇ ਇੱਦਾਂ ਕਰਦੇ ਕਰਦੇ ਉਹ ਇੰਨੇ ਜ਼ਿਆਦਾ ਸਟਰੋਂਗ ਹੋਣ ਲੱਗ ਪਏ, ਉਹਨਾਂ ਦੇ 1000 ਮੈਂਬਰ ਹੋ ਗਏ, 1000 ਤੋਂ ਉਹਨਾਂ ਦੇ 2000 ਮੈਂਬਰ ਹੋ ਗਏ। ਤਾਂ ਉਹ ਜਿਵੇਂ ਜਿਵੇਂ ਉਹ ਬੰਦੇ ਵੱਧਦੇ ਗਏ, ਜਿਵੇਂ ਮੈਂ ਇੱਗਜ਼ਾਮਪਲ ਲੈਂਦਾ, ਜਿਵੇਂ ਚਾਈਨਾ ਦੇ ਵਿੱਚ ਕੋਵਿਡ ਹੋਇਆ ਸੀਗਾ, ਉਹ ਪੂਰੇ ਵਰਲਡ ਦੇ ਵਿੱਚ ਫੈਲ ਗਿਆ ਸੀਗਾ, ਇੱਦਾਂ ਹੀ ਜਿਹੜੇ ਇਹ ਇਲੂਮਨਾਤੀ ਦੇ ਮੈਂਬਰ ਸੀਗੇ, 1000 ਤੋਂ 2000 ਹੋਏ, 2000 ਤੋਂ 10000 ਹੋਏ, 10000 ਤੋਂ 20000 ਹੋਏ, ਇੱਦਾਂ ਕਰ ਕਰਕੇ ਉਹਨਾਂ 'ਚੋਂ ਕੋਈ ਪ੍ਰੋਫੈਸਰ ਬਣ ਗਿਆ, ਕੋਈ ਉਹਨਾਂ 'ਚੋਂ ਸਾਇੰਟਿਸਟ ਬਣ ਗਿਆ, ਕੋਈ ਉਹਨਾਂ 'ਚੋਂ ਸੈਲੀਬ੍ਰਿਟੀ ਬਣ ਗਿਆ, ਕੋਈ ਉਹਨਾਂ ਦੇ ਵਿੱਚ ਗਵਰਨਮੈਂਟ ਅਫੀਸ਼ੀਅਲਸ ਬਣ ਗਿਆ। ਸੋ ਉਹਨਾਂ ਦਾ ਹੋਲਡ ਬਹੁਤ ਜ਼ਿਆਦਾ ਸਟਰੋਂਗ ਹੋਣ ਲੱਗ ਗਿਆ ਸੀ ਹਰ ਇੱਕ ਫੀਲਡ ਦੇ ਵਿੱਚ, ਉਹ ਹਰ ਇੱਕ ਫੀਲਡ ਦੇ ਵਿੱਚ ਆਪਣੇ ਆਪਣੇ ਪੈਰ ਜਮਾਉਣ ਲੱਗ ਪਏ ਸੀਗੇ। ਸੋ ਜਿਵੇਂ ਜਿਵੇਂ ਉਹ ਗਵਰਨਮੈਂਟ ਗਵਰਨਮੈਂਟ ਅਫੀਸ਼ੀਅਲ ਵੀ ਬਣ ਗਏ ਸੀਗੇ, ਤਾਂ ਉਹ ਆਪਣੀ ਹੀ ਪੋਲਿਸੀ ਬਣਾਉਂਦੇ ਸੀਗੇ, ਆਪਣਾ ਉਹਨਾਂ ਦਾ ਆਪਣਾ ਇੱਕ, ਜਿਵੇਂ ਗਵਰਨਮੈਂਟ ਦੇ ਵੱਲੋਂ ਕੋਈ ਪੋਲਿਸੀ ਬਣਦੀ ਹੈ ਨਾ, USA ਵਿੱਚ ਕੋਈ ਪੋਲਿਸੀ ਬਣਦੀ ਹੈ, ਉਹ ਸਾਰਿਆਂ 'ਚ ਲਾਗੂ ਹੋ ਜਾਂਦੀ ਹੈ, ਇੱਦਾਂ ਹੀ ਉਹਨਾਂ ਦੀ ਇੱਕ ਆਪਣੀ ਪੋਲਿਸੀ ਹੁੰਦੀ ਸੀਗੀ ਅਤੇ ਉਹੀ ਸਾਰਿਆਂ ਨੂੰ ਫੋਲੋ ਕਰਨੀ ਪੈਂਦੀ ਸੀ, ਅਤੇ ਇੱਦਾਂ ਕਰ ਕਰਕੇ ਸਾਰੀਆਂ ਸਰਕਾਰਾਂ ਨੂੰ ਪਤਾ ਲੱਗ ਗਿਆ ਸੀਗਾ ਉਹਨਾਂ ਬਾਰੇ ਕਿ ਇਹ ਇੱਕ ਸੰਸਥਾ ਹੈ ਇੱਦਾਂ ਦੀ ਹੈ, ਕਿ ਉਹਨਾਂ ਦੇ ਹੀ ਬੰਦੇ ਨੇ ਜਿਹੜੇ ਇਹ ਸਰਕਾਰਾਂ ਵਿੱਚ ਚਲਾ ਰਹੇ ਨੇ, ਬਿਜ਼ਨਸਮੈਨ ਵੀ ਨੇ ਅਤੇ ਹੋਰ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਹੋਰ ਅੱਗੇ ਨਾਲ ਜੋੜ ਰਹੇ ਨੇ, ਇਹ ਇੱਕ ਸੰਸਥਾ ਸਿਕਰ ਸੋਸਾਇਟੀ ਆ। ਅਤੇ ਉਹਨਾਂ ਨੂੰ ਬੈਨ ਕਰਤਾ ਸੀਗਾ ਪੂਰੇ ਵਰਲਡ ਦੇ ਵਿੱਚ, ਉਹਨਾਂ ਨੇ ਕੀ ਕੀਤਾ ਸੀਗਾ, ਸਰਕਾਰਾਂ ਨੇ ਸਾਰਿਆਂ ਨੂੰ ਜਿਹੜੇ ਇਲੂਮਨਾਤੀ ਦੇ ਮੈਂਬਰ ਸੀ, ਇਕੱਲੇ ਇਕੱਲੇ ਨੂੰ ਲੱਭ ਲੱਭ ਕੇ ਉਹਨਾਂ ਨੂੰ ਜੇਲ੍ਹ 'ਚ ਕਰਤਾ, ਕਿਸੇ ਨੂੰ ਮੌਤ ਦੇ ਘਾਟ ਉਤਾਰਤਾ, ਹੈ ਨਾ, ਤਾਂ ਕਰਕੇ ਪੂਰੀ ਤਰ੍ਹਾਂ ਉਹਨਾਂ ਨੂੰ ਖਤਮ ਕਰਤਾ ਸੀਗਾ ਬੇਸਿਕਲੀ ਉਸ ਟਾਈਮ 'ਤੇ। ਪਰ ਹੁਣ ਕਿਹਾ ਜਾਂਦਾ ਹੈ ਕਿ ਉਹਨਾਂ ਵਿੱਚੋਂ ਪੂਰੀ ਤਰ੍ਹਾਂ ਹਜੇ ਖਤਮ ਨਹੀਂ ਹੋਏ ਸੀਗੇ ਅੱਧੇ ਬੰਦੇ ਲੁਕ ਗਏ ਸੀਗੇ, ਉਹ ਹਾਈਡ ਹੋ ਗਏ ਸੀਗੇ, ਕਿਉਂਕਿ ਜਦੋਂ ਉਹ ਬੈਨ ਹੋ ਗਏ ਤਾਂ ਉਹ ਰਹਿ ਵੀ ਨਹੀਂ ਸਕਦੇ ਖੁੱਲ੍ਹ ਕੇ, ਉਹ ਆਪਣੀ ਗੱਲ ਖੁੱਲ੍ਹ ਕੇ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਸੋਚਿਆ, ਉਹਨਾਂ 'ਚੋਂ ਕੁਛ ਮੈਂਬਰਾਂ ਨੇ ਸੋਚਿਆ ਕਿ ਹਾਂ ਅਸੀਂ ਹੁਣ ਇਹ ਇੱਕ ਸੀਕਰਟ ਸੁਸਾਇਟੀ ਬਣਾਉਣੀ ਆ, ਤਾਂ ਹੀ ਉੱਥੋਂ ਵਰਡ ਜਨਰੇਟ ਹੋਇਆ ਸੀ ਸੀਕਰਟ ਸੁਸਾਇਟੀ, ਕਿਉਂਕਿ ਪਹਿਲਾਂ ਤਾਂ ਉਹ ਓਪਨ ਹੁੰਦੇ ਸੀਗੇ, ਪਰ ਬਾਅਦ ਦੇ ਵਿੱਚ ਉਹ ਇੱਕ ਸੀਕਰਟ ਵੇ 'ਚ ਰਹਿਣ ਲੱਗ ਪਏ ਸੀਗੇ। ਫਿਰ ਉਹਨਾਂ ਨੇ ਫਿਰ ਉਸ ਤੋਂ ਬਾਅਦ ਕੌਨਸਪਰੈਂਸੀ ਥਿਊਰੀਜ਼ ਆਉਣ ਲੱਗ ਪਈਆਂ ਨੇ, ਉਸ ਤੋਂ ਬਾਅਦ ਜਿਹੜੀ ਰਿਐਲਿਟੀ ਸੀ ਉਹ ਖਤਮ ਹੋ ਗਈ, ਉਸ ਤੋਂ ਬਾਅਦ ਸਿਰਫ ਫੈਕਟਸ 'ਤੇ ਗੱਲ ਹੋ ਰਹੀ ਸੀ, ਫਿਕਸ਼ਨਲ ਗੱਲਾਂ ਹੋ ਰਹੀਆਂ ਸੀਗੀ ਕਿ ਇਹ ਸ਼ਾਇਦ ਉਹਨਾਂ ਵੱਲੋਂ ਆ। ਅੱਜ ਕੋਈ ਵੀ ਕੋਈ ਚੀਜ਼ ਹੁੰਦੀ ਹੈ ਤਾਂ ਆਪਾਂ ਬੜੇ ਉਹਦੇ ਪੱਕੇ ਦਾਅਵੇ ਨਾਲ ਕਹਿ ਦਿੰਦੇ ਹਾਂ ਕਿ ਆਹ ਚੀਜ਼ ਇਲੂਮਨਾਤੀ ਕਰਕੇ ਹੋਈ ਆ, ਪਰ ਉਹਦੇ ਪਿੱਛੇ ਕੋਈ ਐਵੀਡੈਂਸ ਨਹੀਂ ਹੈਗਾ। ਉਸ ਤੋਂ ਬਾਅਦ 1785 ਦੇ ਵਿੱਚ ਜਦੋਂ ਉਸ ਸੋਸਾਇਟੀ ਨੂੰ ਬੈਨ ਕਰ ਦਿੱਤਾ ਗਿਆ, ਉਸ ਤੋਂ ਬਾਅਦ ਕਿਸੇ ਬੰਦੇ ਬਾਰੇ ਕੋਈ ਗੱਲ ਨਹੀਂ ਹੋਈ ਕਿ ਉਹ ਬੰਦੇ ਕਿੱਥੇ ਨੇ, ਕੀ ਨਾਮ ਹੈ, ਕੌਣ ਕੌਣ ਬੰਦਾ ਇਲੂਮਨਾਤੀ ਨੂੰ ਫੋਲੋ ਕਰਦਾ। ਪਰ ਕੁਛ ਥਿਊਰੀਆਂ ਇਹ ਆਈਆਂ ਨੇ ਕਿ ਉਹ ਜਿਹੜਾ ਕਮਿਊਨੀਕੇਸ਼ਨ ਕਰਨ ਦਾ ਤਰੀਕਾ ਹੁੰਦਾ ਸੀ ਉਹਨਾਂ ਦਾ ਹੁੰਦਾ ਸੀਗਾ ਸਾਇੰਸ ਅਤੇ ਸਿੰਬਲਸ ਦੇ ਨਾਲ, ਜਿਵੇਂ ਤੁਸੀਂ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਜਿਹੜੇ ਇਲੂਮਨਾਤੀ ਦੇ ਸਾਈਨ ਨੇ ਉਹਦੇ ਵਿੱਚ ਜਿਹੜਾ ਸਭ ਤੋਂ ਫੇਮਸ ਹੈ, ਸਭ ਤੋਂ ਫੇਮਸ ਹੈਗਾ ਇੱਦਾਂ ਕਰਕੇ ਟ੍ਰੈਂਗਲ ਬਣਾ ਲੈਂਦੇ ਨੇ, ਅਤੇ ਉਹਦੇ ਵਿੱਚ ਜਿਹੜਾ ਹੋਰ ਜਿਹੜੇ ਸਾਈਨ ਬਣਾਉਂਦੇ ਨੇ, ਜਿਹੜੇ ਹੋਲੀਵੁੱਡ ਦੇ ਸੈਲੀਬ੍ਰਿਟੀ ਨੇ ਉਹ ਬਣਾਉਂਦੇ ਨੇ, ਜਿਵੇਂ ਪਿਰਾਮਿਡ ਦਾ ਸਾਈਨ ਹੋ ਗਿਆ, ਹੈਕਸਾਗ੍ਰਾਮ ਦਾ ਸਾਈਨ ਹੋ ਗਿਆ, ਉੱਲੂ ਦਾ ਇੱਕ ਸਾਈਨ ਹੋ ਗਿਆ, ਉਹ ਕਿਉਂਕਿ ਉਹ ਕੱਪੜੇ ਇੱਦਾਂ ਦੇ ਪਾਉਂਦੇ ਨੇ, 666 ਵਾਲੇ ਕੱਪੜੇ ਪਾਉਂਦੇ ਨੇ, ਹੈ ਨਾ, ਬ੍ਰੈਂਡ ਉੱਦਾਂ ਦੇ ਨੇ ਜਿਹੜੇ ਉਹਨਾਂ ਦੇ ਹੀ ਚੱਲਦੇ ਨੇ। ਸੋ ਇੱਦਾਂ ਦੇ ਉਹ ਸਾਈਨ ਅਤੇ ਸੈਂਬਲ ਨਾਲ ਇੱਕ ਕਮਿਊਨੀਕੇਟ ਕਰਦੇ ਨੇ, ਅਤੇ ਉਸ ਕਮਿਊਨੀਕੇਸ਼ਨ ਦੇ ਥਰੂ ਉਹ ਇੱਕ ਪੂਰੀ ਦੁਨੀਆ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਆਪਣਾ ਜੋ ਉਹ ਕਹਿਣਾ ਚਾਹੁੰਦੇ ਨੇ ਉਹ ਉਹਨੂੰ ਅਡੋਪਟ ਕਰਨਾ ਚਾਹੁੰਦੇ ਨੇ, ਵੀ ਇਹ ਚੀਜ਼ ਦੁਨੀਆ ਦੇ ਵਿੱਚ ਲਾਗੂ ਹੋ ਜਾਵੇ। ਹੁਣ ਮੋਸਟਲੀ ਜਿਹੜੇ ਚਰਚਾਂ ਦੇ ਵਿੱਚ ਆਉਂਦੇ ਨੇ,
ਇੰਨੇ ਜ਼ਿਆਦਾ ਚਰਚਾ ਦੇ ਵਿੱਚ ਗਵਰਨਮੈਂਟ ਜਾਂ ਕੋਈ ਬਿਜ਼ਨਸਮੈਨ ਨਹੀਂ ਆਉਂਦਾ ਜਿੰਨਾ ਜਿੰਨੇ ਚਰਚਾ ਦੇ ਵਿੱਚ ਸੈਲੀਬ੍ਰਿਟੀ ਆਉਂਦੇ ਨੇ ਜਦੋਂ ਇਲੂਮਨਾਤੀ ਦੀ ਗੱਲ ਹੁੰਦੀ ਹੈ। ਹਾਲੀਵੁੱਡ ਦੇ ਵਿੱਚ ਜਿਹੜੇ ਯੂਜਲੀ ਚਰਚਾ 'ਚ ਆਉਂਦੇ ਨੇ ਕਿ ਜਿਹੜੇ ਇਹ ਇਲੂਮਨਾਤੀ ਦੇ ਮੈਂਬਰ ਨੇ, ਉਹ ਤਾਂ ਹੋ ਗਿਆ ਜਿਵੇਂ ਜਸਟਿਨ ਬਾਈਬਰ ਹੋ ਗਿਆ, ਹੈ ਨਾ, ਜਸਟਿਨ ਬਾਈਬਰ ਹੋ ਗਿਆ, ਬਾਇਓਨਸੀ ਹੋ ਗਈ, ਟੇਲਰ ਸਵਿਫਟ ਹੋ ਗਈ, ਕੈਟੀ ਪੈਰੀ ਹੋ ਗਈ, ਲੇਡੀ ਗਾਗਾ ਹੋ ਗਈ। ਇਹ ਸੈਲੀਬ੍ਰਿਟੀ ਨੇ ਜਿਹੜੇ ਮੋਸਟ ਕੋਮਨਲੀ ਆਪਣੇ ਸਾਈਨ ਬਣਾਉਂਦੇ ਨੇ ਅਤੇ ਸਾਈਨ ਦੇ ਥਰੂ ਉਹ ਲੋਕਾਂ ਦੇ ਥਰੂ ਆਪਣਾ ਮੈਸੇਜ ਪਾਸ ਕਰਦੇ ਨੇ। ਸੋ ਇਹਨਾਂ ਦੇ ਕਿਉਂਕਿ ਕੀ ਹੁੰਦਾ, ਜਿਹੜੇ ਸੈਲੀਬ੍ਰਿਟੀ ਹੁੰਦੇ ਆ ਉਹਨਾਂ ਨਾਲ ਬਹੁਤ ਜ਼ਿਆਦਾ ਲੋਕ ਅਟੈਚਡ ਹੁੰਦੇ ਨੇ। ਸੋ ਉਹ ਲੋਕ ਬਹੁਤ ਇੱਥੇ ਇਨਫਲੂਐਂਸ ਵੀ ਹੋ ਜਾਂਦੇ ਨੇ। ਜਿਵੇਂ ਕੋਈ ਸੈਲੀਬ੍ਰਿਟੀ ਕੋਈ ਬ੍ਰਾਂਡ ਪਾ ਰਿਹਾ ਅਤੇ ਦੂਜਾ ਬੰਦਾ ਵੀ ਕਹਿੰਦਾ ਮੈਂ ਵੀ ਇਹ ਆਪਣੇ ਇਸ ਆਈਡਲ ਨੂੰ ਫੋਲੋ ਕਰੂੰਗਾ ਅਤੇ ਮੈਂ ਉਹ ਬ੍ਰਾਂਡ ਪਾਉਣੇ ਸ਼ੁਰੂ ਕਰ ਦਿੰਦੇ ਨੇ। ਸੋ ਇੱਦਾਂ ਹੀ ਸੈਲੀਬ੍ਰਿਟੀ ਨੂੰ ਉਹ ਜ਼ਿਆਦਾ ਅਪਰੋਚ ਕਰਦੇ ਨੇ ਇਸ ਚੀਜ਼ ਨੂੰ ਜਦੋਂ ਉਹਨਾਂ ਨੇ ਕੋਈ ਮੈਸੇਜ ਪਾਸ ਕਰਨਾ ਹੋਵੇ। ਅਤੇ ਮੈਂ ਇਹ ਵੀ ਇਸ ਚੀਜ਼ ਦੇ ਬਾਰੇ, ਇਹ ਵੀ ਕੋਈ ਮਤਲਬ ਕੋਈ ਰਿਐਲਿਟੀ ਨਹੀਂ ਹੈਗੀ ਕਿ ਕੋਈ ਤੁਸੀਂ ਸਾਈਨ ਕਰ ਰਹੇ ਹੋ ਤਾਂ ਤੁਸੀਂ ਇਲੂਮਨਾਤੀ ਬਣ ਗਏ, ਅਤੇ ਨਾ ਹੀ ਇੱਦਾਂ ਦੀ ਕੋਈ ਵੈਬਸਾਈਟ ਹੈ ਕਿ ਤੁਸੀਂ ਕਹੋ ਕਿ ਮੈਂ ਇੱਥੇ ਜਾ ਕੇ ਆਪਣੀ ਸੋਲ ਵੇਚਤੀ, ਮੈਂ ਇੱਥੇ ਆ ਕੇ ਆਪਣਾ ਐਗਰੀਮੈਂਟ ਸਾਈਨ ਕਰਤਾ। ਤੁਸੀਂ ਨਾ ਗੂਗਲ ਸਰਚ ਕਰੋਗੇ, ਉੱਥੇ ਬਹੁਤ ਸਾਰੀ ਵੈਬਸਾਈਟਾਂ ਇੱਦਾਂ ਦੀ ਹੈਗੀ ਕਿ ਤੁਸੀਂ ਇਲੂਮਨਾਤੀ ਦੀ ਤੁਸੀਂ ਮੈਂਬਰਸ਼ਿਪ ਇੱਥੋਂ ਲੈ ਸਕਦੇ ਹੋ, ਪਰ ਉਹ ਸਭ ਕੁਝ ਫੇਕ ਹੈ, ਸਿਰਫ ਤੁਹਾਡੇ ਕੋਲੋਂ ਪੈਸੇ ਲੈਣ ਦਾ ਤਰੀਕਾ ਹੈ, ਤੁਹਾਡੀਆਂ ਜਿਹੜੀਆਂ ਪਰਸਨਲ ਇਨਫੋਰਮੇਸ਼ਨ ਆ ਉਹ ਗ੍ਰੈਬ ਕਰਨ ਦਾ ਤਰੀਕਾ ਹੈ। ਸੋ ਇਸ ਚੱਕਰ 'ਚ ਨਾ ਆਓ, ਕਿਉਂਕਿ ਇਹ ਹੁਣ ਤੱਕ ਕੋਈ ਇੱਦਾਂ ਨਹੀਂ ਹੈਗਾ ਕਿ ਰਿਐਲਿਟੀ ਹੈ ਇਹ। ਇਹ ਸਿਰਫ ਆਪਣੇ ਕੋਲ ਕੋਈ ਐਵੀਡੈਂਸ ਦੇ ਉੱਤੇ ਕੋਈ ਵੀ ਥਿਊਰੀ ਨਹੀਂ ਹੈਗੀ ਸਾਹਮਣੇ ਆਈ, ਸਿਰਫ ਇਹ ਫਿਕਸ਼ਨਲ ਨੇ ਕਿ ਸੋਚਿਆ ਜਾਂਦਾ ਕਿ ਇੱਦਾਂ ਹੁੰਦਾ। ਹੁਣ ਜਿਵੇਂ ਕਹਿੰਦੇ ਨੇ ਕਿ ਇਲੂਮਨਾਤੀ ਨੇ ਜਿਹੜੇ ਬੰਦੇ ਹੈ ਨਾ ਉਹ ਇੰਨੇ ਜ਼ਿਆਦਾ ਸਟਰੋਂਗ ਨੇ, ਉਹਨਾਂ ਕੋਲ ਇੰਨੀ ਪਾਵਰ ਆ ਕਿ ਉਹ ਪੂਰੀ ਦੁਨੀਆ ਚਲਾਉਂਦੇ ਨੇ। ਪੂਰੀ ਦੁਨੀਆ ਦੇ ਵਿੱਚ ਕੋਈ ਕੋਈ ਤੂਫਾਨ ਆ ਰਿਹਾ, ਕੋਈ ਭੂਚਾਲ ਆ ਰਿਹਾ, ਕੋਈ ਵੋਰ ਹੋ ਰਹੀ ਆ, ਉਹ ਵੀ ਇਲੂਮਨਾਤੀ ਦੇ ਮੈਂਬਰ ਹੀ ਕਰਾਉਂਦੇ ਨੇ। ਕਿਉਂਕਿ ਜਿਹੜਾ ਤੂਫਾਨ ਵੀ ਆਉਂਦਾ ਨਾ ਉਹ ਵੀ ਤੁਸੀਂ ਆਰਟੀਫਿਸ਼ਲ ਬਣਾ ਸਕਦੇ ਹੋ। ਜਿਵੇਂ ਹੁਣ ਦੁਬਈ ਦੀ ਇੱਕ ਨਿਊਜ਼ ਆਈ ਸੀਗੀ ਪਿੱਛੇ ਕਿ ਉੱਥੇ ਬਹੁਤ ਜ਼ਿਆਦਾ ਆਪਣਾ ਹੜ੍ਹ ਆਏ ਸੀਗੇ, ਅਤੇ ਉੱਥੇ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਉਹ ਜਿਹੜੀ ਰੇਨ ਹੈ ਉਹ ਆਰਟੀਫਿਸ਼ਲ ਕਰਾਈ ਗਈ ਸੀਗੀ। ਪਹਿਲਾਂ ਇਹ ਇੱਕ ਥਿਊਰੀ ਆਈ ਸੀਗੀ ਕਿ ਜਹਾਜ਼ ਦੇ ਵਿੱਚ ਲੈ ਕੇ ਉਹਨਾਂ ਨੇ ਸੀ ਸੋਲਟ ਹੁੰਦਾ ਉਹ ਬੱਦਲਾਂ ਦੇ ਵਿੱਚ ਗੇਰਿਆ ਜਾਂਦਾ ਤਾਂ ਜੋ ਰੇਨ ਸ਼ੁਰੂ ਹੋ ਜਾਂਦੀ ਹੈ, ਪਰ ਉਹਦੇ ਨਾਲ ਇੰਨੀ ਜ਼ਿਆਦਾ ਰੇਨ ਨਹੀਂ ਹੁੰਦੀ ਕਿ ਤੁਹਾਡੇ ਉੱਥੇ ਹੜ੍ਹ ਆ ਜਾਣ। ਸੋ ਕੋਈ ਕਹਿੰਦਾ ਬੰਦਾ ਇਹ ਇਸ 'ਚ ਇਲੂਮਨਾਤੀ ਕਰਕੇ, ਕੋਈ ਬੰਦਾ ਕਹਿੰਦਾ ਨਹੀਂ ਇਹ ਸਾਇੰਟੀਫਿਕ ਰੀਜ਼ਨ ਨੇ, ਕੋਈ ਬੰਦਾ ਕਿਸ ਤਰੀਕੇ ਨਾਲ ਸੋਚਦਾ, ਕੋਈ ਬੰਦਾ ਕਿਸੇ ਤਰੀਕੇ ਨਾਲ ਸੋਚਦਾ। ਜਿਹੜਾ ਜਿਹੜਾ ਬੈਂਕ ਆਫ ਵਰਲਡ ਆ ਉਹ ਵੀ ਮੈਂ ਸੁਣਿਆ ਕਿ ਇਲੂਮਨਾਤੀਆਂ ਦੇ ਥਰੂ ਚਲਾਇਆ ਜਾਂਦਾ, ਪਰ ਇਹਦੀ ਵੀ ਕੋਈ ਐਵੀਡੈਂਸ ਕੋਈ ਪੱਕੇ ਸਬੂਤ ਨਹੀਂ ਹੈਗੇ। ਬਟ ਇਹ ਸਬੂਤ ਜ਼ਰੂਰ ਨੇ ਕਿ ਜਿਹੜੇ ਇਹਨਾਂ ਨੂੰ ਚਲਾ ਰਹੇ ਨੇ ਉਹ ਦੁਨੀਆ ਦੇ ਬਹੁਤ ਜ਼ਿਆਦਾ ਫਾਈਨੈਂਸ਼ਲੀ ਸਟਰੋਂਗ ਬੰਦੇ ਨੇ, ਉਹ ਬਿਜ਼ਨਸਮੈਨ ਨੇ, ਕੁਛ ਗਵਰਨਮੈਂਟ ਦੇ ਬੰਦੇ ਨੇ। ਸੋ ਜਿਹੜੀ ਪੂਰਾ ਵਰਲਡ ਜਿਨ੍ਹਾਂ ਦੇ ਉੱਪਰ ਚੱਲਦਾ ਉਹ ਪੰਜ ਚੀਜ਼ਾਂ ਦੇ ਉੱਤੇ ਚੱਲਦਾ। ਦ ਇੰਟਰਨੈਸ਼ਨਲ ਮੋਨੀਟਰੀ ਫੰਡ, ਜਿਹਨੂੰ IMF ਵੀ ਕਹਿ ਦਿੰਦੇ ਨੇ। ਦੂਜੇ ਨੰਬਰ 'ਤੇ ਆ ਜਾਂਦਾ ਇਹਦਾ ਵਰਲਡ ਬੈਂਕ। ਤੀਜੇ ਨੰਬਰ 'ਤੇ ਆ ਜਾਂਦਾ ਦੀ ਫੈਡਰਲ ਰਿਜ਼ਰਵ ਸਿਸਟਮ। ਚੌਥੇ ਨੰਬਰ 'ਤੇ ਆ ਜਾਂਦਾ ਦੀ ਯੂਰੋਪੀਅਨ ਸੈਂਟਰਲ ਬੈਂਕ। ਅਤੇ ਪੰਜਵੇਂ ਨੰਬਰ 'ਤੇ ਆ ਜਾਂਦਾ ਦ ਬੈਂਕ ਆਫ ਇੰਟਰਨੈਸ਼ਨਲ ਸੈਟਲਮੈਂਟਸ। ਸੋ ਦੁਨੀਆ ਦੇ ਵਿੱਚ ਕੁਛ ਵੀ ਹੋ ਰਿਹਾ, ਇਹ ਜਿਹੜੇ ਬੈਂਕਸ ਜਿਨ੍ਹਾਂ ਦੀ ਮੈਂ ਗੱਲ ਕੀਤੀ ਆ ਇਹਨਾਂ ਦੇ ਆਲੇ ਦੁਆਲੇ ਹੀ ਹੋ ਰਿਹਾ, ਕਿਉਂਕਿ ਇਹਨਾਂ ਕੋਲ ਇੰਨਾ ਪੈਸਾ ਹੈ ਕਿਉਂਕਿ ਪੈਸੇ ਦੀ ਤਾਕਤ ਦੇ ਵਿੱਚ ਉਹ ਦੁਨੀਆ ਦੀ ਕੋਈ ਵੀ ਚੀਜ਼ ਕਰ ਸਕਦੇ ਨੇ। ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਉਹ ਕੁਛ ਵੀ ਕਰ ਸਕਦੇ ਨੇ, ਹੈ ਨਾ। ਸੋ ਉਹ ਇੰਨੇ ਜ਼ਿਆਦਾ ਸਟਰੋਂਗ ਨੇ। ਅੱਜ ਦਾ ਗੱਲ ਤੁਸੀਂ ਦੇਖ ਹੀ ਲਿਆ ਹੋਣਾ, ਜਿਹੜਾ ਕੈਸ਼ ਹੈ ਕੈਸ਼ ਬਹੁਤ ਘੱਟਦਾ ਜਾ ਰਿਹਾ। ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਦੇਖੋਗੇ ਕੈਸ਼ ਬਹੁਤ ਘੱਟ ਗਿਆ, ਇੱਥੇ ਸਾਰਾ ਕੁਛ ਔਨਲਾਈਨ ਆ, ਆਪਾਂ ਫੋਨ ਯੂਜ਼ ਕਰਦੇ ਹਾਂ ਪੇ ਕਰਨ ਲਈ। ਸੋ ਕੈਸ਼ ਦੀ ਚੀਜ਼ ਘੱਟਦੀ ਜਾ ਰਹੀ ਹੈ ਅਤੇ ਜਿਹੜੀ ਔਨਲਾਈਨ ਚੀਜ਼ ਹੈ ਉਹ ਜ਼ਿਆਦਾ ਹੋ ਰਹੀ ਹੈ, ਅਤੇ ਇਹ ਵੀ ਇਲੂਮਨਾਤੀ ਦੁਆਰਾ ਵੀ ਕਰਾਈ ਜਾਂਦੀ ਹੈ, ਜੋ ਕਿ ਇਹ ਕੌਨਸਪਰੈਂਸੀ ਥਿਊਰੀ ਦੇ ਵਿੱਚ ਆਇਆ ਹੈ। ਇਹਦੇ ਕੋਈ ਪੱਕੇ ਸਬੂਤ ਨਹੀਂ, ਬਟ ਜੋ ਕੌਨਸਪਰੈਂਸੀ ਥਿਊਰੀ ਦੇ ਵਿੱਚ ਆਇਆ ਹੈ ਇਹੀ ਹੈ ਕਿ ਜਿਹੜੇ ਉਹ ਇਲੂਮਨਾਤੀ ਨੇ ਉਹੀ ਇਹ ਸਭ ਹੈਂਡਲ ਕਰ ਰਹੇ ਨੇ ਅਤੇ ਲੋਕਾਂ ਨੂੰ ਇਹ ਆਦਤ ਪਾ ਰਹੇ ਨੇ ਹਰ ਚੀਜ਼ ਔਨਲਾਈਨ ਕਰਨ ਦੀ।
ਤੇ ਇੱਕ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਦੇ ਦੇਣਾ, ਅੱਜ ਕੱਲ੍ਹ ਇਹ ਵੀ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਐਲਜੀਬੀਟੀ ਬਾਰੇ, ਜਿਹੜੇ ਬੰਦੇ ਆਪਣੇ ਜਿਹੜੇ ਜੈਂਡਰ ਚੇਂਜ ਕਰਨਾ ਚਾਹੁੰਦੇ ਨੇ। ਪਹਿਲਾਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਲੁਕੋ ਕੇ ਰੱਖਿਆ ਜਾਂਦਾ ਸੀਗਾ, ਬਹੁਤ ਜ਼ਿਆਦਾ ਸ਼ਰਮ ਮੰਨੀ ਜਾਂਦੀ ਸੀ, ਪਰ ਅੱਜ ਇਹ ਚੀਜ਼ਾਂ ਦੇ ਉੱਪਰ ਖੁੱਲ੍ਹ ਕੇ ਗੱਲ ਹੋ ਰਹੀ ਹੈ, ਸਪੈਸ਼ਲੀ ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਬਹੁਤ ਖੁੱਲ੍ਹ ਕੇ ਗੱਲ ਹੋ ਰਹੀ ਹੈ। ਕੈਨੇਡਾ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹ ਇੱਕ ਟੋਪਿਕ ਬਣ ਗਿਆ ਤੁਹਾਨੂੰ ਪੜ੍ਹਾਉਣ ਲਈ ਸਟੂਡੈਂਟ ਨੂੰ। ਹੁਣ ਇਹ ਕਿਸੇ ਗਵਰਨਮੈਂਟ ਵੱਲੋਂ ਨਹੀਂ ਆ ਸਕਦੀ ਉਹ ਚੀਜ਼ ਕਿ ਹਾਂ ਕਿ ਇਹ ਚੀਜ਼ ਸ਼ੁਰੂ ਹੋ ਜਾਵੇ, ਕਿਉਂਕਿ ਇਹ ਇੱਕ, ਮੈਂ ਨਹੀਂ ਮੰਨਦਾ ਕਿ ਇਹ ਇੱਕ ਪੜ੍ਹਨ ਵਾਲੀ ਚੀਜ਼ ਹੈ ਜਾਂ ਫਿਰ ਪੜ੍ਹਾਉਣ ਵਾਲੀ ਚੀਜ਼ ਆ। ਇਹ ਤੁਸੀਂ ਕਿਸੇ ਨੂੰ ਮੋਟੀਵੇਟ ਕਰ ਰਹੇ ਹੋ ਤੁਸੀਂ ਆਪਣਾ ਜੈਂਡਰ ਚੇਂਜ ਕਰਾਉਣ ਲਈ। ਸੋ ਇਹ ਵੀ ਇਲੂਮਨਾਤੀ ਥਰੂ ਹੀ ਹੋ ਰਹੀ ਹੈ, ਜੋ ਕਿ ਇੱਕ ਕੋਨਸਪੀਰੇਸੀ ਥਿਊਰੀ ਆਈ ਹੈ। ਸੋ ਇਹ ਸੀਗੀ ਇੱਕ ਬੇਸਿਕ ਗਾਈਡ ਇਲੂਮਨਾਤੀ ਬਾਰੇ ਕਿ ਉਹ ਕਿ ਦੁਨੀਆ ਦੇ ਵਿੱਚ ਕੀ ਕਰਦੇ ਨੇ, ਉਹ ਉਹਨਾਂ ਦੀ ਸੋਚ ਕੀ ਹੈ ਅਤੇ ਉਹ ਕਿੱਦਾਂ ਦੁਨੀਆ ਨੂੰ ਚਲਾਉਂਦੇ ਨੇ, ਕਿਉਂਕਿ ਪੈਸਾ ਬਹੁਤ ਮੈਟਰ ਕਰਦਾ ਦੁਨੀਆ ਚਲਾਉਣ ਲਈ। ਤਾਂ ਉਹਨਾਂ ਕੋਲ ਪੈਸਾ ਅੰਨਾ ਅੰਨਾ ਪੈਸਾ ਹੈ ਉਹਨਾਂ ਕੋਲ ਅਤੇ ਉਹ ਕੁਛ ਵੀ ਕਰ ਸਕਦੇ ਨੇ। ਸੋ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਇਹ ਨਹੀਂ ਕਹੂੰਗਾ ਕਿ ਇਹ ਸੱਚਾਈ ਆ ਕਿ ਇਲੂਮਨਾਤੀ ਹੁੰਦੇ ਨੇ, ਜੋ ਜੋ ਮੇਰੀ ਨੌਲੇਜ ਦੇ ਵਿੱਚ ਆ, ਜੋ ਮੇਰੀ ਰਿਸਰਚ ਦੇ ਵਿੱਚ ਆਇਆ ਇਹੀ ਹੈ ਕਿ ਉਹ ਇਲੂਮਨਾਤੀ ਦੀ ਸ਼ੁਰੂਆਤ ਜ਼ਰੂਰ ਹੋਈ ਸੀ। ਹੁਣ ਉਸ ਤੋਂ ਬਾਅਦ ਜਦੋਂ ਤੋਂ ਉਹ 1785 ਤੋਂ ਬਾਅਦ ਜਦੋਂ ਗਾਇਬ ਹੋ ਗਏ ਸੀਗੇ, ਉਸ ਤੋਂ ਬਾਅਦ ਦਾ ਨਹੀਂ ਪਤਾ ਕਿ ਹਾਂ ਉਹ ਕਿੱਥੇ ਗਏ ਨੇ, ਕਿੱਥੇ ਨਹੀਂ ਗਏ, ਹੈਗੇ ਵੀ ਨੇ ਜਾਂ ਨਹੀਂ ਵੀ ਹੈਗੇ, ਬਟ ਜਿਹੜੀ ਥਿਊਰੀਜ਼ ਆਉਂਦੀਆਂ ਨੇ ਉਹਨਾਂ ਦੇ ਬੇਸ 'ਤੇ ਹੀ ਗੱਲ ਹੋ ਰਹੀ ਹੈ, ਕੋਈ ਐਵੀਡੈਂਸ ਪੱਕਾ ਨਹੀਂ ਹੈਗਾ। ਹੁਣ ਅੱਜ ਕੱਲ੍ਹ ਗੱਲ ਇਹ ਚੱਲ ਰਹੀ ਹੈ ਪੰਜਾਬ ਦੇ ਵਿੱਚ ਜਿਹੜੇ ਸਿੰਗਰ ਸਾਇੰਸ ਥਰੋ ਕਰ ਰਹੇ ਨੇ ਕਿ ਉਹ ਇਲੂਮਨਾਤੀ ਹੋ ਗਏ, ਇਲੂਮਨਾਤੀ ਹੋ ਗਏ, ਪਰ ਜਿਨ੍ਹਾਂ ਨੂੰ ਨੌਲੇਜ ਵੀ ਨਹੀਂ ਹੈਗੀ, ਜਿਨ੍ਹਾਂ ਨੂੰ ਰਿਸਰਚ ਵੀ ਨਹੀਂ ਕੀਤੀ ਹੋਈ, ਸਿਰਫ ਉਹਨਾਂ ਨੂੰ ਇਹ ਪਤਾ ਕਿ ਹਾਂ ਇਲੂਮਨਾਤੀ ਦਾ ਸਾਈਨ ਇਹ ਹੁੰਦਾ ਜਾਂ ਕੋਈ ਇੱਦਾਂ ਦੇ ਸਾਈਨ ਹੁੰਦੇ ਨੇ ਵੀ ਨੰਬਰ 6 ਦੀ ਟੀ ਸ਼ਰਟ ਪਾ ਲਈ, ਸੋ ਉਹਦੇ ਬੇਸ 'ਤੇ ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਹਾਂ ਉਹ ਇਲੂਮਨਾਤੀ ਦਾ ਮੈਂਬਰ ਹੋ ਗਿਆ ਹੁੰਦਾ। ਸੋ ਬਹੁਤ ਜ਼ਿਆਦਾ ਥਿਊਰੀਜ਼ ਨੇ, ਕੋਈ ਰਿਐਲਿਟੀ ਬੇਸਡ ਕੋਈ ਐਵੀਡੈਂਸ ਨਹੀਂ ਹੈਗਾ। ਸੋ ਕਿਸੇ ਵੀ ਚੀਜ਼ ਨੂੰ ਸੱਚ ਨਾ ਮੰਨ ਲਿਆ ਕਰੋ ਜੋ ਤੁਸੀਂ ਦੇਖਦੇ ਹੁੰਦੇ ਹੋ, ਬਸ ਇੱਕ ਨੌਲੇਜ ਹੁੰਦੀ ਹੈ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਹਾਂ। ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਊਗਾ, ਥੋੜ੍ਹਾ ਆਈਡੀਆ ਹੋਊਗਾ, ਹੋ ਗਿਆ ਹੋਊਗਾ ਕਿ ਇਲੂਮਨਾਤੀ ਹੈ ਕੀ ਚੀਜ਼। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਇਸ 'ਤੇ ਇਸੇ ਬੇਸ 'ਤੇ ਮੈਂ ਇੱਕ ਹੋਰ ਵੀਡੀਓ ਬਣਾਵਾਂ ਜਿਹੜੀ ਥੋੜ੍ਹੀ ਹੋਰ ਐਡਵਾਂਸ ਲੈਵਲ ਦੀ ਰਿਸਰਚ 'ਤੇ ਹੋਊਗੀ, ਤਾਂ ਕਮੈਂਟ ਬਾਕਸ 'ਚ ਆਪਣੇ ਕਮੈਂਟ ਛੱਡਿਓ ਅਤੇ ਆਪਣੇ ਤੁਸੀਂ ਵਿਚਾਰ ਦੱਸਿਓ, ਤੁਸੀਂ ਕੀ ਸੋਚਦੇ ਹੋ ਇਲੂਮਨਾਤੀ ਬਾਰੇ। ਜੋ ਕਿਸੇ ਕੋਲ ਐਵੀਡੈਂਸ ਤਾਂ ਨਹੀਂ ਹੈਗਾ, ਬਟ ਕਹਿੰਦੇ ਆ ਕਿ ਹਰ ਇੱਕ ਬੰਦੇ ਨੂੰ ਆਪਣੇ ਗੱਲ ਕਹਿਣ ਦੇ ਰਾਈਟਸ ਹੁੰਦੇ ਨੇ। ਸੋ ਤੁਸੀਂ ਆਪਣੀ ਗੱਲ ਕਹੋ ਅਤੇ ਆਪਣੀ ਗੱਲ ਦੱਸੋ ਕਿ ਤੁਹਾਨੂੰ ਕੀ ਲੱਗਦਾ ਇਹਦੇ ਬਾਰੇ, ਕਿ ਕਿੰਨੀ ਕੁ ਸੱਚਾਈ ਹੈ, ਕਿੰਨੇ ਵਾਰ ਇਹਦੇ 'ਚ ਝੂਠ ਹੈ ਅਤੇ ਕਿਵੇਂ ਦੁਨੀਆ ਚੱਲ ਰਹੀ ਆ। ਸੋ ਤੁਸੀਂ ਕਮੈਂਟ ਕਰੋ ਅਤੇ ਮੈਂ ਨੈਕਸਟ ਵੀਡੀਓ ਲਈ ਆਪਣਾ ਤਿਆਰ ਰਹਿੰਦਾ, ਆਪਣੀ ਪੂਰੀ ਰਿਸਰਚ ਕੈਮ ਕਰਕੇ ਅਤੇ ਤੁਹਾਡੇ ਅੱਗੇ ਮੈਂ ਨੈਕਸਟ ਵੀਡੀਓ ਲੈ ਕੇ ਆਊਂਗਾ। ਅਤੇ ਕਮੈਂਟ ਜ਼ਰੂਰ ਕਰਿਓ ਅਤੇ ਆਪਣੇ ਆਪਣੇ ਵਿਚਾਰ ਦੱਸਿਓ। ਧੰਨਵਾਦ।